जम्मू रेफर की गलांदे जम्मू रेफर को 2 बजे का किया जनाब पांच लगे बजे कोई एम्बुलेंस नहीं गरीबें आई नहीं एम्बुलेंस कोई भी तो मिलेंगे तो चलो मिली जानी अस गरीबें वास्ते कोई एम्बुलेंस नहीं प्लीज देखो शरीर मरीज की देखो बिल्कुल शरीर की बीमारी सरकारी मोर गलांदे ठहर जाओ ठहरी गया नहीं गरीब बंदे कुछ करी सकते प्राइवेट ਅਸੀਂ ਬਿਲਾਵਰ ਦੇ ਮਤਲਬ ਪਰਨਾਲੇ ਦੇ ਬੋਲਦੇ ਨੇ ਹਾਂਜੀ ਮਤਲਬ ਇਹ ਬੈਠੇ ਦੇ ਨੇ ਮੈਂ ਅਸੀਂ ਤੇ ਇਹ ਬੋਲਣਾ ਚਾਹੁੰਦੇ ਜੀ ਇਹ ਗਰੀਬ ਬੰਦੇ ਨੇ ਇਹਨੇ ਗਰੀਬ ਬੰਦੇ ਦਾ ਹੈਲਪ ਚਾਹੀਦੀ ਮਤਲਬ ਇੱਥੇ ਚਾਹੀਦੀ ਸਾਡੇ ਮਤਲਬ ਐਂਬੂਲੈਂਸ ਮਿਲਣਾ ਚਾਹੀਦੀ ਨੇ ਕਿ ਇਹਦੇ ਕੀ ਮਤਲਬ ਦਵਾਈ ਸ਼ਵਾਈ ਜੋ ਕੁਛ ਹੈ ਇਹਨੇ ਮਿਲਣਾ ਚਾਹੀਦੀ ਇਧਰੋਂ ਵੀ ਹੈ ਇਹ ਵੀ ਇਧਰੋਂ ਸਾਡੇ ਗਰੀਬ ਬੰਦੇ ਨੇ ਗਰੀਬ ਬੰਦੇ ਅਗਰ ਅੱਗੇ ਪਿੱਛੇ ਨਹੀਂ ਜਾ ਸਕਦੇ ਤਾਂ ਫਿਰ ਇਹਦੇ ਵਾਸਤੇ ਤਾਂ ਮੁਸ਼ਕਲ ਹੈ ਇਹ ਨਹੀਂ ਕੁਛ ਗਲਾਈ ਸਕਦੇ ਮਾ ਜੀ ਮੈਂ ਇੱਕ ਸੋਸ਼ਲ ਐਕਟਿਵਿਸਟ ਹਾਂ ਮੈਂ ਇੰਨੇ ਹਸਪਤਾਲ ਆਇਆ ਹਾਂ ਤੇ ਉਸੇ ਦੇਖਣ ਆਇਆ ਹਾਂ ਇੱਧਰ ਮੈਂ ਦੇਖਿਆ ਕਿ ਇੱਕ ਸਾਡੇ ਚੌਧਰੀ ਸਾਹਿਬ ਨੇ ਤੇ ਇਹਦਾ ਮਤਲਬ ਵਾਈਫ ਹੈ ਤੇ ਉਹ ਬਿਮਾਰ ਨਾ ਵਿਚਾਰੀਆਂ ਤੇ ਔਰ ਸ਼ਾਇਦ ਕਿਡਨੀ ਦਾ ਇਸ਼ੂ ਆਣੀ ਪੈਰ ਦੇਖੋ ਉਹਦੇ ਸੋ ਕਿੱਡੇ ਕਿੱਡੇ ਮੋਟੇ ਹੋਈ ਜਾਂਦੇ ਨੇ ਔਰ ਕਿਡਨੀ ਫੰਕਸ਼ਨ ਨਹੀਂ ਕਰਾਦੀ ਹੈ ਇਹ ਆਖਦੇ ਅਸੀਂ ਕੋਈ 11 12 ਵਜੇ ਦੇ ਇੱਧਰ ਆਏ ਹਾਂ ਔਰ ਤੁਹਾਨੂੰ ਆਖਿਆ ਗਿਆ ਕਿ ਤੁਸੀਂ ਜੰਮੂ ਜਾਓ ਆਈ ਥਿੰਕ ਕਿ ਛੋਟਾ ਮਤਲਬ ਇਹ ਹੈ ਕਿ ਡਾਇਲਿਸਿਸ ਦਾ ਇਸ਼ੂ ਹੋਣਾ ਜਾਂ ਕੋਈ ਹੋਣਾ ਇੱਧਰ ਵੀ ਹੋ ਸਕਦਾ ਮੈਨੇਜ ਅਗਰ ਨਹੀਂ ਹੋ ਸਕਦਾ ਮੈਨੇ ਤੇ ਹਸਪੀਟਲ ਅਥਾਰਟੀ ਨਾਲ ਸ਼ੁੱਡ ਕਮ ਇਨ ਟੂ ਪਿਕਚਰ ਉਹਨੇ ਆਖਣਾ ਚਾਹਦਾ ਜੇ ਲਈ ਜਾਂਦੇ ਅਸੀਂ ਇਹਦੇ ਕੋਲ ਪੈਸੇ ਵੀ ਨਹੀਂ ਹਨ ਉੱਥੇ ਜਾਣੇ ਜੋੜੇ ਜੰਮੂ ਜਾਂ ਇੱਥੇ ਲਾਜ ਕਰ ਦਿਓ ਜਾਂ ਤੁਸੀਂ ਜੰਮੂ ਰੈਫਰ ਕਰੋ ਆਖਣਾ ਕਿ ਜਿੰਨਾ ਬੰਦਾ ਪਾਵਰ 'ਚ ਹੈ ਉਸੇ ਨਿੱਕੇ ਸਾਰੇ ਵਕੀ ਦਿਖਣਾ ਚਾਹੀਦਾ ਪਾਵਰ ਕਰਨਾ ਮਤਲਬ ਜਿਹੜੇ ਕੋਲ ਜਿਹਦੇ ਕੋਲ ਤਾਕਤ ਹੈ ਉਹ ਸਾਰਾ ਕੁਝ ਕਰਾ ਲੈਂਦਾ ਜਿਹਦੇ ਕੋਲ ਤਾਕਤ ਨਹੀਂ ਉਹ ਵਿਚਾਰਾ ਕਿੱਥੇ ਜਾ ਹੈਲਪ ਕਰੋ ਇਹਦੇ ਵਿਚਾਰੇ ਦੇ ਲੋਕਾਂ ਦੀ ਔਰ ਅਗਰ ਇੱਧਰ ਮੈਨ ਪਾਵਰ ਹੈ ਕਿੰਨੇ ਵੱਡੇ ਡਾਕਟਰ ਨੇ ਇੱਥੇ ਕਿਉਂ ਨਹੀਂ ਇੱਧਰ ਫੈਸਿਲਿਟੀ ਸ਼ੁਰੂ ਹੁੰਦੀ ਹੈ ਇਹ ਚੀਜ਼ਾਂ ਬਾਹਰ ਕਿਸੇ ਰੈਫਰ ਕਰਨੀ ਇੱਥੇ ਕਹਿੰਦੇ ਇਲਾਜ ਕਰਦੇ ਇੱਥੇ ਤੁਸੀਂ ਆਓ ਸ਼ਾਮ ਵੇਲੇ ਡਾਕਟਰ ਲੱਭਦੇ ਵੀ ਨੇ ਬੜੇ ਘੱਟ ਲੱਭਦੇ ਆ ਮੈਂ ਡਾਕਟਰ ਦੇ ਖਿਲਾਫ਼ ਨਹੀਂ ਆ ਉਹਦੇ ਆਪਣੇ ਆਪਣੇ ਪ੍ਰੈਸ਼ਰ ਨੇ ਉਹਨੇ ਆਪਣੀ ਕਲਾਸ ਵੀ ਲੈਣੀ ਆ ਉਹ ਲੈਣਾ ਬਟ ਇਹ ਕਿ ਥੋੜ੍ਹਾ 2 ਕਦਮ ਉਹ ਚੱਲਣ 2 ਕਦਮ ਲੋਕ ਵੀ ਚੱਲਣ ਅਤੇ ਵਿਚਾਲਾ ਰਸਤਾ ਦੁੱਪੀਆ ਅਤੇ ਲੋਕਾਂ ਦੀ ਹੈਲਪ ਕਰਨੀ ਚਾਹੀਦੀ ਲੋਕਾਂ ਦੇ ਸਾਰਿਆਂ ਦੀ ਮਦਦ ਕਰੋ ਲੋਕ ਜਿਹੜੇ ਆਦੇ ਗਰੀਬ ਆਦਾ ਵਿਚਾਰਾ ਆਇਆ ਕਿੱਥੋਂ ਬਸੋਲੀ ਦਾ ਆਇਆ ਬਸੋਲੀ ਦਾ ਉੱਠੀ ਇੱਥੇ ਪੁੱਜੀ ਆ ਕਠੂਏ ਤੱਕ ਹੁਣ ਜੰਮੂ ਜ਼ਿਲ੍ਹਾ ਜਾ ਕੇ 200-250 ਕਿਲੋਮੀਟਰ ਤੋਂ ਰੋਣਾ ਕਿੱਥੇ ਨੇ ਕਿਉਂ ਨਹੀਂ ਮਦਦ ਕਰਦੇ ਇੱਥੇ ਕਹਿ ਨਹੀਂ ਹੁੰਦੇ ਅਗਰ ਲੱਖ ਲੱਖ ਦੇ ਦੇ ਲਓ 2 ਲੱਖ ਰੁਪਏ ਤਾਂ ਹਾਂ ਜੀ ਡਾਕਟਰ ਜੀ ਮਤਲਬ ਕਰੀ ਹੈਲਪ ਤਾਂ ਕਰੋ ਯਾਰ ਇਹਦੀ ਬੇਸਿਕ ਕਮ ਸੇ ਕਮ ਪ੍ਰਾਇਮਰੀ ਨੀਡ ਦਿੰਦੀ ਪੂਰੀ ਕਰੋ ਜੇ ਅਗਰ ਕੋਈ ਜ਼ਿਆਦਾ ਕੰਪਲੈਕਸ ਮਸਲਾ ਹੈ ਤਾਂ ਠੀਕ ਹੈ ਐਂਬੂਲੈਂਸ ਦਿਓ ਨਹੀਂ ਅਗਰ ਨਹੀਂ ਤੁਸੀਂ ਕਰੀ ਸਕਦੇ ਨਹੀਂ ਕੰਮ ਕਰਨਾ ਨਹੀਂ ਤੁਸੀਂ ਪੇਸ਼ੈਂਟ ਕੀ ਚੱਲਣਾ ਬਾਹਰ ਭੇਜੋ ਸੀ ਤੁਸੀਂ ਭੇਜਣਾ ਤੁਸੀਂ ਰੈਫਰ ਕਰੋ ਸੀ ਇੰਨੇ ਵਿਚਾਰੇ ਬੈਠੇ ਹੋਏ ਨੇ ਬਾਹਰ ਕਿੱਥੇ ਜਾਣਾ ਨੇ ਔਰ ਕੁਛ ਹੀ ਆਖਣਾ ਨੇ ਮੈਂ ਅਗੇਨ ਮੈਂ ਐਡਮਿਨਿਸਟ੍ਰੇਸ਼ਨ ਕਰਨੇ ਹਸਪਤਾਲ ਐਡਮਿਨਿਸਟ੍ਰੇਸ਼ਨ ਕਰਨੇ ਡਿਸਟ੍ਰਿਕਟ ਕਮਿਸ਼ਨ ਕਰਨਾ ਰਿਕੁਐਸਟ ਕਰਨਾ ਕਿ ਪਲੀਜ਼ ਹੈਲਪ ਦੈਮ ਜਿੰਨਾ ਹੋ ਸਕਦਾ ਔਰ ਆਊਟ ਆਫ ਦੀ ਬੇ ਕਰੋ ਅਗਰ ਪੈਸੇ ਨਹੀਂ ਆ ਤੁਹਾਡੇ ਜਿੰਨਾ ਵੀ ਆ ਰੈੱਡ ਕਰਾਸ ਸੋਸਾਇਟੀ ਵਾਲਿਆਂ ਕੋਲ ਪੈਸੇ ਕੱਢੋ ਜਿੱਥੋਂ ਵੀ ਆਵੇ ਨੇ ਭੇਜੋ ਰਹਿੰਦਾ ਲਾਈਕ